लेखिका परवेज संधु जी की कहानी सैंडी फिर उदास है। दूजे लंच टेबल ते बैठी सैंडी दे होंके मैनू सुन रहे ने। उहदे बुल्लां विच धुखदी सिगरट वांग लगदा है, उहदे अंदर भी कुछ धुख रहा है। वह बहुत चुप है, बहुत ही शांत, किधरे गुआची गुआची। सारिआं विच बैठी भी इकली जिही अखां ते लगियां कालियां ऐनकां विच्चों उस दीआं अखां विचली उदासी नहीं दिखाई दे रही, पर चेहरे तों साफ नज़र आउंदा है कि सैंडी अज फिर उदास है। मेरा कई बार जी कीता कि उहदे कोल जा के उसनूं पुछां कि उहनूं की होया, पर मेरी झिझक मैनूं उठण नहीं दे रही। पर मेरा ध्यान बार बार उहदे वल उठ रहा है, पर मैं उहदे कोल जाण तों झिझक रही हाँ, इस लई कि मेरे आले दुआले बैठे फैक्ट्री दे होर बंदे मुड़ सारा दिन मैनू छेड़दे रहणगे। ये गल सोच के मैनू खिज भी आउंदी है कि इत्थे काम करन वाले आदमियों नाल मैं खुल के हस बोल लैंदी हाँ, पर सैंडी नाल वाधू गल कर लग्या एवें झिझक जाती हाँ। उंज जदों मैं पहला इत्थे काम करन लगी सां तां मैनू इउं सैंडी दे नेड़े आउण तों डर नहीं सी आउंदा, सगों मेरी कोशिश हुंदी कि सैंडी दे नेड़े बैठां, उहदे नाल गल करां। सारी फैक्ट्री विच मसां 6 तां औरतां सन, ते उन्हां विचों अक्सर ही सैंडी नाल मेरी शिफ्ट हुंदी। उंज तां सैंडी विच औरतां वाली कोई चीज़ भी नहीं सी, बिल्कुल मर्दां वांग तुरदी, काम करदिआं 50 पाउंड दा बैग इउं चुक लैंदी जिवें रूह दी बोरी चुक रही होवे। उच्चियां उच्चियां मशीनां ते बांदरां वांग टपूसियां मार के जा चढ़दी, आदमियां नाल शर्तां ला के अपना काम झट मुका लैंदी। आदमियां दे बराबर फोर्क लिफ्ट भजाई फिरदी नूं देख के मेरा भी जी करदा कि मैं भी उहदे वांग भारे काम करां जां फिर फोर्क लिफ्ट चलावां। उहदे वांग काम करना तां मेरे बस विच नहीं सी, पर फोर्क लिफ्ट दी ट्रेनिंग मैं जरूर लै लई सी। फोर्क लिफ्ट ते चढ़ी मैं कई बार उहदे कोलों लंघदी तां मैं खुश हो के उसनूं आखदी, सैंडी आई डिड इट, आई कैन ड्राइव अ फोर्क लिफ्ट नाओ, यू गो गर्ल। ਉਹ ਹੱਥ ਦਾ ਅੰਗੂਠਾ ਖੜਾ ਕਰਕੇ ਹੱਸ ਪੈਂਦੀ। ਵੈਸੇ ਸ਼ੁਰੂ ਤੋਂ ਹੀ ਉਹ ਮੇਰੇ ਨਾਲ ਬਹੁਤਾ ਹੱਸਦੀ ਨਹੀਂ ਸੀ ਅਤੇ ਨਾ ਹੀ ਬਹੁਤੀ ਦੇਰ ਮੇਰੇ ਕੋਲ ਬੈਠਦੀ। ਉਸ ਦੀ ਮੇਰੇ ਨਾਲ ਇਹ ਦੂਰੀ ਮੈਨੂੰ ਨਾ ਤਾਂ ਬਹੁਤੀ ਸਮਝ ਹੀ ਪਈ ਸੀ ਅਤੇ ਨਾ ਹੀ ਓਪਰੀ ਮਹਿਸੂਸ ਹੋਈ ਸੀ। ਉਂਝ ਸੋਡਾ ਪੀਣ ਲਈ ਉਹ ਮੇਰੇ ਤੋਂ ਇੱਕ ਅੱਧਾ ਡਾਲਰ ਮੰਗ ਲੈਂਦੀ ਅਤੇ ਉਸ ਵਕਤ 2-4 ਗੱਲਾਂ ਵੀ ਕਰ ਲੈਂਦੀ। 6-7 ਭੈਣਾਂ ਭਰਾਵਾਂ ਵਿੱਚੋਂ ਉਹ ਆਪ ਇੱਕ ਜੁੜਵਾ ਕੁੜੀ ਵਿੱਚੋਂ ਛੋਟੀ ਸੀ। ਉਹਦੀ ਵੱਡੀ ਜੋੜੀ ਭੈਣ ਕਿਸੇ ਚਰਚ ਦੇ ਪਾਦਰੀ ਨਾਲ ਵਿਆਹੀ ਹੋਈ ਸੀ। ਮਾਂ ਬਾਪ ਦੇ ਤਲਾਕ ਤੋਂ ਬਾਅਦ ਆਪੋ ਆਪਣੀਆਂ ਜ਼ਿੰਦਗੀਆਂ ਜੂ ਰਹੇ ਸਨ। ਬਾਪੂ ਨੇ ਤਾਂ ਕਦੋਂ ਦਾ ਦੂਜਾ ਵਿਆਹ ਕਰਾ ਲਿਆ ਸੀ, ਪਰ ਬੁੱਢੀ ਮਾਂ ਇਕੱਲੀ ਰਹਿੰਦੀ ਸੀ। ਜਿਸ ਬਾਰੇ ਸੈਂਡੀ ਨੇ ਦੱਸਿਆ ਕਿ ਉਹਦਾ ਇੱਕ 15-16 ਵਰ੍ਹਿਆਂ ਦਾ ਮੁੰਡਾ ਵੀ ਹੈ ਜਿਹੜਾ ਉਸਦੀ ਦੂਸਰੀ ਵੱਡੀ ਭੈਣ ਦੇ ਘਰ ਰਹਿੰਦਾ ਹੈ। ਮੈਂ ਉਸਨੂੰ ਕਦੀ ਨਹੀਂ ਸੀ ਪੁੱਛਿਆ ਕਿ ਉਹਦੀ ਦੇਖਭਾਲ ਉਹ ਆਪ ਕਿਉਂ ਨਹੀਂ ਕਰਦੀ, ਪਰ ਆਪ ਹੀ ਉਸਨੇ ਇੱਕ ਦਿਨ ਦੱਸਿਆ ਕਿ ਉਹ ਬਹੁਤ ਨਿੱਕਾ ਹੁੰਦਾ ਭੈਣ ਦੇ ਘਰ ਚਲਾ ਗਿਆ ਸੀ, ਉਹਨੂੰ ਭੈਣ ਨੇ ਹੀ ਪਾਲਿਆ ਸੀ। ਅਤੇ ਫਿਰ ਇੱਕ ਦਿਨ ਮੇਰੇ ਨਾਲ ਕੰਮ ਕਰਨ ਵਾਲੇ ਇੱਕ ਅਫਰੀਕਨ ਆਦਮੀ ਨੇ ਦੱਸਿਆ ਕਿ ਉਹ ਕਈ ਵਾਰੇ ਪਹਿਲਾਂ ਬਹੁਤ ਨਸ਼ੇ ਕਰਦੀ ਸੀ, ਇਸ ਲਈ ਉਹਦੀ ਭੈਣ ਨਿੱਕੇ ਹੁੰਦੇ ਇਹਦੇ ਮੁੰਡੇ ਨੂੰ ਆਪਣੇ ਕੋਲ ਲੈ ਗਈ ਸੀ। ਸਾਡੇ ਨਾਲ ਕੰਮ ਕਰਨ ਵਾਲੇ ਸਾਰੇ ਬੰਦਿਆਂ ਨੂੰ ਸੈਂਡੀ ਦੀ ਪੂਰੀ ਜ਼ਿੰਦਗੀ ਦਾ ਪਤਾ ਸੀ, ਸ਼ਾਇਦ ਇਸ ਲਈ ਕਿ ਸੈਂਡੀ ਦਾ ਉੱਠਣਾ ਬੈਠਣਾ ਬਹੁਤਾ ਆਦਮੀ ਨਾਲ ਹੀ ਸੀ, ਅਤੇ ਇੱਕ ਮੈਕਸੀਕਨ ਆਦਮੀ ਨਾਲ ਉਹ ਜ਼ਿਆਦਾ ਹੀ ਘੁਲੀ ਮਿਲੀ ਰਹਿੰਦੀ, ਜਿਹੜਾ ਕਿ ਸੈਂਡੀ ਦਾ ਗੂੜਾ ਮਿੱਤਰ ਸੀ। ਉਹ ਅੰਗਰੇਜ਼ੀ ਘੱਟ ਬੋਲਦਾ, ਚੁੱਪ ਜਿਹਾ। ਜਦੋਂ ਵੀ ਉਹ ਦੋਵੇਂ ਇਕੱਠੇ ਕੰਮ ਕਰਦੇ ਉਹ ਭੱਜ ਭੱਜ ਕੇ ਸੈਂਡੀ ਦੀ ਮਦਦ ਕਰਦਾ, ਸੈਂਡੀ ਲਈ ਲੰਚ ਖਰੀਦ ਕੇ ਲਿਆਉਂਦਾ, ਸੈਂਡੀ ਦੀ ਹਰ ਗੱਲ ਵੱਲ ਧਿਆਨ ਦਿੰਦਾ। ਦੂਸਰੇ ਬੰਦੇ ਉਹਦੀਆਂ ਗੱਲਾਂ ਕਰਦੇ ਕਿ ਸੈਂਡੀ ਸਿਰਫ ਉਹਨੂੰ ਵਰਤਦੀ ਹੈ ਪੈਸੇ ਲਈ ਅਤੇ ਹੋਰ ਲੋੜ ਦੀਆਂ ਚੀਜ਼ਾਂ ਲਈ। ਅਤੇ ਇੱਕ ਦਿਨ ਸੱਚਮੁੱਚ ਉਹਨਾਂ ਦੀ ਟੁੱਟ ਗਈ। ਉਹ ਉਦਾਸ ਰਹਿਣ ਲੱਗਾ, ਮੈਨੂੰ ਉਹਦੇ ਉੱਪਰ ਤਰਸ ਆਉਂਦਾ। ਮੈਂ ਉਸਨੂੰ ਬੁਲਾਉਂਦੀ ਤਾਂ ਉਹ ਟੁੱਟੀ ਭੱਜੀ, ਇੰਗਲਿਸ਼ ਵਿੱਚ ਆਖਦਾ, ਯੂ ਨੋ ਸੈਂਡੀ ਨੋ ਲਾਈਕ ਮੀ, ਇਟ ਹਰਟ ਮੀ ਸੈਡ। ਅਤੇ ਉਹ ਵਿਚਾਰਾ ਜਿਹਾ ਮੂੰਹ ਕਰ ਲੈਂਦਾ। ਉਹਨਾਂ ਦੋਵਾਂ ਦੀ ਇਸ ਟੁੱਟ ਭੱਜ ਪਿੱਛੇ ਕੀ ਸੀ ਇਸ ਦੇ ਬਾਰੇ ਮੈਂ ਕਦੀ ਨਹੀਂ ਸੀ ਸੋਚਿਆ। ਉਹਨਾਂ ਦਿਨਾਂ ਵਿੱਚ ਮੈਂ ਆਪਣੀਆਂ ਮਾਨਸਿਕ ਉਲਝਣਾਂ ਵਿੱਚ ਉਲਝੀ ਪਈ ਸਾਂ, ਚੁੱਪ ਚਾਪ ਆਪਣੇ ਕੰਮ ਵਿੱਚ ਲੱਗੀ ਰਹਿੰਦੀ, ਉਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਬਹੁਤਾ ਧਿਆਨ ਵੀ ਨਾ ਦਿੰਦੀ। ਸ਼ਾਇਦ ਇਸੇ ਲਈ ਸੈਂਡੀ ਬਾਰੇ ਮੈਂ ਬਹੁਤਾ ਡੂੰਘਾ ਸੋਚਦੀ ਨਹੀਂ ਸਾਂ। ਪਰ ਇੱਕ ਦਿਨ ਅਚਾਨਕ ਹੀ ਇੱਕ ਬੰਦੇ ਨੇ ਮੈਨੂੰ ਇਹ ਸਾਰਾ ਕਿੱਸਾ ਸਮਝਾਇਆ, ਆਈ ਥਿੰਕ ਸੈਂਡੀ ਲਾਈਕਸ ਯੂ, ਉਸ ਬੰਦੇ ਨੇ ਭੇਦ ਜਿਹੇ ਨਾਲ ਮੈਨੂੰ ਕਿਹਾ। ਸੋ ਵਟ, ਐਵਰੀਬਾਡੀ ਲਾਈਕਸ ਮੀ, ਮੈਂ ਸਰਸਰੀ ਜਿਹਾ ਜਵਾਬ ਦਿੱਤਾ, ਨੋ।
ਸ਼ੀ ਰੀਅਲੀ ਲਾਈਕਸ ਯੂ। ਉਸਨੇ ਸ਼ਬਦਾਂ ਨੂੰ ਟਿਕਾਇਆ। ਮੈਂ ਸਵਾਲੀਆ ਨਜ਼ਰਾਂ ਉਹਦੇ ਵੱਲ ਤੱਕਿਆ ਅਤੇ ਉਹ ਹੱਸ ਪਿਆ। ਡਮੀ ਡਮੀ, ਸ਼ੀ ਲਾਈਕਸ ਵੂਮੈਨ, ਸ਼ੀ ਇਜ਼ ਅ ਲੈਸਬੀਅਨ। ਓ ਮਾਈ ਗੋਡ, ਮੈਂ ਇੰਨਾ ਹੀ ਆਖ ਸਕੀ ਸਾਂ। ਉਂਝ ਉਹਦੀ ਚਾਲ ਢਾਲ ਔਰਤਾਂ ਵਾਲੀ ਨਹੀਂ ਸੀ। ਮਰਦਾਂ ਵਾਂਗ ਛੋਟੇ ਛੋਟੇ ਵਾਲ, ਖਿਡਾਰੀਆਂ ਵਰਗੇ ਚੌੜੇ ਮੋਢੇ, ਮਰਦਾਂ ਵਾਂਗ ਗੰਦੀਆਂ ਗਾਲਾਂ ਵੀ ਕੱਢ ਲੈਂਦੀ। ਪਰ ਮੈਂ ਪਹਿਲਾਂ ਕਦੀ ਉਹਦੇ ਲੈਸਬੀਅਨ ਹੋਣ ਬਾਰੇ ਸੋਚਿਆ ਹੀ ਨਹੀਂ ਸੀ। ਤੈਨੂੰ ਪਤਾ ਨਹੀਂ ਕਿ ਇਹਨਾਂ ਔਰਤਾਂ ਵਿੱਚ ਆਮ ਕੁੜੀਆਂ ਬੜਾ ਨਖਰਾ ਨਹੀਂ ਹੁੰਦਾ, ਇਹਨਾਂ ਦੀ ਤੌਰ ਵਿੱਚ ਮੜਕ ਨਹੀਂ ਹੁੰਦੀ। ਅਤੇ ਉਹ ਆਦਮੀ ਕਿੰਨੀ ਦੇਰ ਮੈਨੂੰ ਸੈਂਡੀ ਬਾਰੇ ਸਮਝਾਉਂਦਾ ਰਿਹਾ ਅਤੇ ਦੱਸਦਾ ਗਿਆ ਕਿ ਤੁਰੀ ਜਾਂਦੀ ਔਰਤ ਨੂੰ ਪਿੱਛੋਂ ਦੇਖ ਕੇ ਹੀ ਦੱਸਿਆ ਜਾ ਸਕਦਾ ਹੈ ਕਿ ਉਹ ਲੈਸਬੀਅਨ ਹੈ ਜਾਂ ਨਹੀਂ। ਉਸ ਦਿਨ ਤੋਂ ਬਾਅਦ ਮੈਂ ਸੈਂਡੀ ਤੋਂ ਆਪੇ ਹੀ ਦੂਰ ਰਹਿਣ ਲੱਗ ਪਈ। ਉਹ ਤਾਂ ਪਹਿਲਾਂ ਹੀ ਜ਼ਿਆਦਾ ਬੰਦਿਆਂ ਦੇ ਨਾਲ ਹੀ ਉੱਠਦੀ ਬੈਠਦੀ, ਆਪਣੀ ਹਰ ਗੱਲ ਉਹਨਾਂ ਦੇ ਸਾਹਮਣੇ ਕਰ ਲੈਂਦੀ, ਔਰਤਾਂ ਵਾਲੀਆਂ ਖਾਸ ਕਰਨਾ ਵੀ। ਉਸ ਦਿਨ ਤਾਂ ਮੇਰੀ ਹੈਰਾਨੀ ਦੀ ਹੱਦ ਵੀ ਨਾ ਰਹੀ। ਕੰਮ ਕਰਦਿਆਂ ਉੱਠ ਕੇ ਬਾਥਰੂਮ ਵੱਲ ਨੂੰ ਤੁਰਦੀ ਨੇ ਉਸਨੇ ਉੱਚੀ ਆਖਿਆ, ਹੇ ਆਈ ਹੈਵ ਟੂ ਗੋ ਅਗੇਨ, ਐਨੀ ਵਾਰ ਬ੍ਰੇਕ ਯੂ ਲੇਜ਼ੀ ਵੂਮੈਨ। ਕਿਸੇ ਬੰਦੇ ਨੇ ਆਖਿਆ, ਸ਼ਟ ਅਪ ਯੂ ਬਾਸਟਰਡ। ਮੈਂ ਮਹੀਨੇ ਦੇ ਉਹਨਾਂ ਦਿਨਾਂ 'ਤੇ ਹਾਂ ਅਤੇ ਮੇਰਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ। ਹਾਲੇ 2 ਹਫ਼ਤੇ ਪਹਿਲਾਂ ਵੀ ਤੂੰ, ਦੂਜੇ ਬੰਦੇ ਨੇ ਹੱਸ ਕੇ ਆਖਿਆ, ਬਲੜੀ ਵਿੱਚ ਝੂਠ ਬੋਲਦੀ ਹੈ। ਇੱਕ ਹੋਰ ਬੋਲਿਆ, ਉਹ ਗਾਲਾਂ ਕੱਢਦੀ ਤੁਰ ਗਈ ਅਤੇ ਮੈਂ 10 ਬੰਦਿਆਂ ਵਿੱਚ ਆਪਣੇ ਆਪ ਨੂੰ ਗਿੱਠਪੁਦੀ ਮਹਿਸੂਸ ਕਰਦੀ ਬੈਠੀ ਰਹੀ। ਉਹਨਾਂ ਦਿਨਾਂ ਵਿੱਚ ਸੈਂਡੀ ਕੁਝ ਜ਼ਿਆਦਾ ਹੀ ਖਿਝੀ ਖਿਝੀ ਰਹਿੰਦੀ, ਨਿੱਕੀ ਨਿੱਕੀ ਗੱਲ 'ਤੇ ਬੰਦਿਆਂ ਨੂੰ ਗਾਲਾਂ ਕੱਢਦੀ। ਅਗਰ ਕੋਈ ਬੰਦਾ ਗਾਲ ਕੱਢਦਾ ਤਾਂ ਮੇਰੇ ਵੱਲ ਇਸ਼ਾਰਾ ਕਰਕੇ ਆਖਦੀ, ਹੇ ਹੇ ਦੇਰ ਇਜ਼ ਅ ਲੇਡੀ ਇਨ ਦਾ ਹਾਊਸ, ਅਤੇ ਬੰਦੇ ਤੋਂ ਮੱਲੋ ਮੱਲੀ ਸੌਰੀ ਅਖਵਾ ਦਿੰਦੀ। ਕਿਧਰੇ ਉਸਦੀ ਨਿਗਰਾਨੀ ਹੇਠਾਂ ਕੰਮ ਕਰਨਾ ਪੈ ਜਾਂਦਾ ਤਾਂ ਮੈਨੂੰ ਤਾਂ ਕੁਝ ਨਾ ਆਖਦੀ, ਪਰ ਬਾਕੀਆਂ ਦੇ ਆਦਮੀਆਂ ਦਾ ਲਹੂ ਪੀ ਜਾਂਦੀ, ਗੁਲਾਮਾਂ ਵਾਂਗ ਕੰਮ ਕਰਵਾਉਂਦੀ। ਉਹਦੀ ਤਾਂ ਮੇਰੀ ਦੂਰੀ ਉਂਝ ਹੀ ਬਣੀ ਰਹੀ, ਪਰ ਮੇਰੇ ਅੰਦਰ ਕਈ ਸਵਾਲ ਉੱਠਦੇ ਕਿ ਸੈਂਡੀ ਨੂੰ ਉਹਦੇ ਬਾਰੇ ਪੁੱਛਾਂ ਕਿ ਉਸਨੂੰ ਆਦਮੀ ਚੰਗੇ ਕਿਉਂ ਨਹੀਂ ਲੱਗਦੇ। ਕਈ ਕਈ ਸਵਾਲ ਮੇਰੇ ਅੰਦਰ ਰੜਕਦੇ ਰਹਿੰਦੇ ਅਤੇ ਕਈ ਵਾਰ ਹੌਂਸਲਾ ਇਕੱਠਾ ਕਰਕੇ ਉਹਨੂੰ ਇੱਕ ਅੱਧਾ ਸਵਾਲ ਪੁੱਛ ਲੈਂਦੀ, ਸੈਂਡੀ ਇਫ ਯੂ ਡੋਂਟ ਮਾਇੰਡ ਕੈਨ ਆਈ ਆਸਕ ਅ ਕੁਐਸਚਨ, ਕੀ ਤੂੰ ਸੱਚਮੁੱਚ ਨਫ਼ਰਤ ਕਰਦੀ ਹੈ ਮਰਦਾਂ ਨੂੰ? ਨੋ ਆਈ ਡੋਂਟ ਹੇਟ ਮੈਨ, ਮੇਰਾ ਇੱਕ ਦੋਸਤ ਸੀ ਜਿਹੜਾ ਮਰ ਗਿਆ, ਉਹਦੇ ਬਾਰੇ ਮੈਂ ਸੋਚਿਆ ਕਰਦੀ ਹਾਂ ਕਿ ਜੇ ਮੈਂ ਵਿਆਹ ਕਰਵਾਉਣਾ ਹੁੰਦਾ ਤਾਂ ਮੈਂ ਉਹਦੇ ਨਾਲ ਕਰਦੀ, ਉਹ ਵੀ ਮੈਨੂੰ ਪਿਆਰ ਕਰਦਾ ਸੀ। ਪਰ ਉਹਦੀ ਮੌਤ ਦੀ ਗੱਲ ਉਸਨੇ ਇਉਂ ਕੀਤੀ ਜਿਵੇਂ ਗਵਾਂਢੀ ਦੇ ਕੁੱਤੇ ਬਿੱਲੇ ਦੇ ਮਰਨ ਦੀ ਗੱਲ ਹੋਵੇ। ਉਸਨੇ ਫਿਰ ਦੱਸਿਆ, ਮੇਰਾ ਬੁਆਏਫ੍ਰੈਂਡ ਸੀ ਜਦੋਂ ਮੈਂ 18 ਸਾਲਾਂ ਦੀ ਸੀ, ਉਹ ਮੇਰੇ ਮੁੰਡੇ ਦਾ ਬਾਪ ਸੀ। ਮੁੰਡੇ ਦੇ ਪੈਦਾ ਹੋਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਵਿਆਹਿਆ ਹੋਇਆ ਸੀ। ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰੇ ਕੋਲ ਉਹਦਾ ਮੁੰਡਾ ਵੀ ਹੈ। ਅਤੇ ਮੈਂ ਕਈ ਦਿਨ ਸੋਚਦੀ ਰਹੀ ਕਿ ਇਹ ਕਿਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਔਲਾਦ ਵੀ ਹੈ ਕਿਧਰੇ। ਸੈਂਡੀ ਫਿਰ ਤੂੰ ਵਿਆਹ ਕਿਉਂ ਨਹੀਂ ਕੀਤਾ? ਮੈਂ ਉਸਨੂੰ ਪੁੱਛਦੀ। ਬਸ ਬੰਦੇ ਮੈਨੂੰ ਐਕਸਾਈਟ ਨਹੀਂ ਕਰਦੇ, ਮੇਰੇ ਮਨ ਨੂੰ ਨਹੀਂ ਖਿੱਚਦੇ। ਉਹ ਸਹਿਜ ਸੁਭਾਅ ਆਖਦੀ, ਹੈ ਬੇਵਕੂਫ। ਮੈਂ ਅੰਦਰੋਂ ਅੰਦਰ ਹੀ ਕਹਿੰਦੀ ਅਤੇ ਕਈ ਵਾਰ ਮੇਰਾ ਜੀ ਕਰਦਾ ਕਿ ਸੈਂਡੀ ਨੂੰ ਆਖਾਂ ਕਿ ਔਰਤ ਮਰਦ ਦੇ ਰਿਸ਼ਤੇ ਵਰਗੀ ਕੋਈ ਦੂਜੀ ਹੁਸੀਨ ਚੀਜ਼ ਨਹੀਂ ਹੈ ਦੁਨੀਆ 'ਤੇ, ਜਿਸ ਰਿਸ਼ਤੇ ਵਿੱਚੋਂ ਖੂਬਸੂਰਤ ਜ਼ਿੰਦਗੀ ਦਾ ਜਨਮ ਹੁੰਦਾ ਹੈ। ਅਤੇ ਫਿਰ ਜੇ ਰੱਬ ਨੇ ਇਉਂ ਹੀ ਰਿਸ਼ਤੇ ਘੜਨੇ ਹੁੰਦੇ ਤਾਂ ਉਹਨੂੰ ਕੀ ਬਿਪਤਾ ਪਈ ਸੀ 2 ਤਰ੍ਹਾਂ ਦੇ ਜਿਸਮ ਘੜਨ ਦੀ? ਪਰ ਮੈਂ ਕਦੀ ਵੀ ਸੈਂਡੀ ਨੂੰ ਇਹ ਕੁਝ ਨਹੀਂ ਆਖ ਸਕਦੀ। ਅਕਸਰ ਮੈਨੂੰ ਸੈਂਡੀ 'ਤੇ ਤਰਸ ਵੀ ਆਉਂਦਾ ਅਤੇ ਮੈਂ ਸੋਚਦੀ ਕਿ ਸ਼ਾਇਦ ਇਸ ਵਿਚਾਰੀ ਨੂੰ ਕਿਸੇ ਦੀ ਨਿੱਘੀ ਬੁੱਕਲ ਹੀ ਨਸੀਬ ਨਾ ਹੋਈ ਹੋਵੇ। ਸ਼ਾਇਦ ਵਿਚਾਰੀ ਕਦੀ ਕਿਸੇ ਮਰਦ ਦੀ ਚੌੜੀ ਹਿੱਕ 'ਤੇ ਸਿਰ ਧਰ ਕੇ ਰੋਈ ਨਹੀਂ। ਖਬਰੇ ਕਿਉਂ ਇਹਦਾ ਕਦੀ ਜੀ ਨਹੀਂ ਕੀਤਾ ਹੋਣਾ ਕਿ ਕਿਸੇ ਗੱਭਰੂ ਦੀਆਂ ਅੱਖਾਂ ਵਿੱਚ ਉੱਤਰ ਜਾਣ ਲਈ। ਸ਼ਾਇਦ, ਖਬਰੇ, ਪਤਾ ਨਹੀਂ ਕਿੰਨੀਆਂ ਗੱਲਾਂ ਮੇਰੇ ਅੰਦਰ ਘੁੰਮ ਜਾਂਦੀਆਂ ਅਤੇ ਮੈਂ ਅਕਸਰ ਹੀ ਇਹਦੇ ਬਾਰੇ ਸੋਚਦੀ ਰਹਿੰਦੀ। ਕਈ ਵਾਰ ਇਉਂ ਵੀ ਸੋਚਦੀ ਕਿ ਸ਼ਾਇਦ ਵਿਆਹੇ ਹੋਏ ਮਰਦ ਦੀ ਬੇਵਫਾਈ ਇਸ ਨੂੰ ਇੱਥੇ ਤੱਕ ਲੈ ਆਈ ਹੋਵੇ। ਫਿਰ ਖਿਆਲ ਆਉਂਦਾ ਕਿ ਇਹ ਇੱਕ ਸੈਂਡੀ ਹੀ ਨਹੀਂ, ਅਮਰੀਕਾ ਵਿੱਚ ਅਣਗਿਣਤ ਰਿਸ਼ਤੇ ਅਜਿਹੇ ਨੇ। ਰੋਜ਼ TV ਅਖਬਾਰਾਂ ਵਿੱਚ ਲੈਸਬੀਅਨ ਲੋਕਾਂ ਦੇ ਵਿਆਹ ਹੁੰਦੇ ਨੇ। ਇਹ ਲੋਕ ਆਪਣੇ ਹੱਕ ਮੰਗਦੇ ਨੇ, ਸ਼ਰੇਆਮ ਇੱਕ ਦੂਜੇ ਨੂੰ ਚੁੰਮਦੇ ਅਤੇ ਬਾਹਾਂ ਵਿੱਚ ਬਾਹਾਂ ਪਾਈ ਫਿਰਦੇ ਨੇ। ਕੁਝ ਧਰਮੀ ਲੋਕਾਂ ਲਈ ਇਹ ਧਰਤੀ 'ਤੇ ਪਾਪ ਕਮਾਉਂਦੇ ਇਨਸਾਨ ਅਤੇ ਕੁਝ ਲੋਕਾਂ ਲਈ ਸਿਰਫਿਰੇ, ਪਰ ਇਹ ਦੁਨੀਆ ਤੋਂ ਬੇਪਰਵਾਹ ਆਪਣੀ ਹੀ ਦੁਨੀਆ ਵਿੱਚ ਮਸਤ ਲੋਕ। ਸੈਂਡੀ ਵੀ ਤਾਂ ਕਿਸੇ ਦੀ ਪਰਵਾਹ ਨਹੀਂ ਕਰਦੀ। ਇੱਕ ਦਿਨ ਕੰਮ 'ਤੇ ਆਈ ਸੈਂਡੀ ਦੇ ਧਰਤੀ 'ਤੇ ਪੈਰ ਨਹੀਂ ਸੀ ਲੱਗ ਰਹੇ। ਲੰਚ ਰੂਮ ਵਿੱਚ ਬੈਠੀ ਨਿੱਕੀ ਨਿੱਕੀ ਗੱਲ 'ਤੇ ਖਿੜਖਿੜਾ ਕੇ ਹੱਸ ਰਹੀ ਸੀ। ਹਰ ਇੱਕ ਨਾਲ ਹਾਏ ਹੈਲੋ ਕਰਦੀ। ਉਹ ਜ਼ਿਆਦਾ ਹੀ ਖੁਸ਼ ਸੀ। ਉਹਦੀ ਢਾਣੀ ਦੇ ਬੰਦੇ ਉਸਨੂੰ ਛੇੜ ਰਹੇ ਸੀ। ਮੂੰਹ 'ਤੇ, ਜੀਭ 'ਤੇ ਹੱਥਾਂ ਨਾਲ ਕੋਝੀਆਂ ਹਰਕਤਾਂ ਕਰਦੇ ਉਹਨੂੰ ਛੇੜੀ ਜਾ ਰਹੇ ਸਨ, ਪਰ ਉਹ ਖੁਸ਼ ਸੀ। ਕਿਸੇ ਦੀ ਗੱਲ ਦਾ ਉਸਨੂੰ ਗੁੱਸਾ ਨਹੀਂ ਸੀ ਆ ਰਿਹਾ।
ਬਾਅਦ ਵਿੱਚ ਪਤਾ ਲੱਗਿਆ ਕਿ ਉਹ ਕੁੜੀ ਜਿਸ ਨੂੰ ਉਹ ਮੁਹੱਬਤ ਕਰਦੀ ਹੈ ਉਹ ਜੇਲ੍ਹ ਤੋਂ ਮੁੜ ਆਈ ਹੈ। ਜੇਲ੍ਹ ਵੀ ਉਸ ਨੂੰ ਸੈਂਡੀ ਨਹੀਂ ਭੇਜਿਆ ਸੀ। ਲੜਾਈ ਝਗੜੇ ਵਿੱਚ ਉਸ ਕੁੜੀ ਨੇ ਸੈਂਡੀ ਨੂੰ ਚਾਕੂ ਮਾਰਿਆ। ਪੁਲਿਸ ਆਈ ਅਤੇ ਉਹ ਕੁਝ ਮਹੀਨਿਆਂ ਲਈ ਜੇਲ੍ਹ ਚਲੀ ਗਈ। ਉਹਦੇ ਆਉਣ 'ਤੇ ਸੈਂਡੀ ਖੁਸ਼ ਸੀ। ਸੈਂਡੀ ਦੇ ਕਦਮਾਂ ਵਿੱਚ ਲੋਹੜਿਆਂ ਦੀ ਤੇਜ਼ੀ ਸੀ। ਕਾਲੀ ਕਾਲੀ ਕੰਮ ਕਰਦੀ, ਕੰਧ 'ਤੇ ਲਟਕਦੀ, ਘੜੀ ਵੱਲ ਵੇਖਦੀ, ਲੰਚ ਵੇਲੇ ਭੱਜ ਕੇ ਟੈਲੀਫੋਨ ਵੱਲ ਜਾਂਦੀ। ਇਉਂ ਕਰਦੀ ਨੂੰ ਦੇਖ ਕੇ ਮੈਨੂੰ ਸੈਂਡੀ 'ਤੇ ਹਾਸਾ ਆਉਂਦਾ। ਸੈਂਡੀ ਦੇ ਹੱਥਾਂ ਵਿੱਚ ਮੰਗਣੇ ਦੀ ਮੁੰਦਰੀ ਦੇਖ ਕੇ ਸਾਰੀ ਫੈਕਟਰੀ ਵਿੱਚ ਰੌਲਾ ਪੈ ਗਿਆ ਕਿ ਜੇਲ੍ਹੋਂ ਮੁੜੀ ਸਹੇਲੀ ਨਾਲ ਉਸਦਾ ਵਿਆਹ ਹੋਵੇਗਾ। ਪਤਾ ਨਹੀਂ ਕਿਉਂ ਮੇਰੇ ਤੋਂ ਇਹ ਸਭ ਕੁਝ ਕਬੂਲ ਨਹੀਂ ਸੀ ਹੋ ਰਿਹਾ। ਮੇਰੇ ਵਾਂਗ ਕੋਈ ਹੋਰ ਕੰਮ ਕਰਨ ਵਾਲਿਆਂ ਨੂੰ ਵੀ ਇਹ ਸਭ ਬੁਰਾ ਲੱਗਾ, ਪਰ ਸਾਰੇ ਚੁੱਪ ਰਹੇ। ਕੰਪਨੀ ਵੱਲੋਂ ਕ੍ਰਿਸਮਿਸ ਦੀ ਪਾਰਟੀ ਹੋਈ। ਹਰ ਕੋਈ ਆਪਣਾ ਆਪਣਾ ਜੀਵਨ ਸਾਥੀ ਜਾਂ ਦੋਸਤ ਲੈ ਕੇ ਆਇਆ ਅਤੇ ਸੈਂਡੀ ਵੀ ਆਪਣੀ ਸਹੇਲੀ ਨੂੰ ਲੈ ਕੇ ਆਈ। ਕਈਆਂ ਨੇ ਉਸ ਨੂੰ ਪਹਿਲੀ ਵਾਰ ਵੇਖਿਆ, ਦੇਖਣ 'ਤੇ ਦੋਵੇਂ ਜੁੜਵਾ ਮੁੰਡੇ ਜਿਹੇ ਲੱਗੇ। ਮੈਂ ਨਾਲ ਬੈਠੀ ਆਪਣੀ ਸੁਪਰਵਾਈਜ਼ਰ ਨੂੰ ਪੁੱਛਿਆ, ਇਹਨਾਂ ਵਿੱਚੋਂ ਤੀਵੀਂ ਕੌਣ ਹੈ ਅਤੇ ਮਰਦ ਕੌਣ? ਸੈਂਡੀ ਤੀਵੀਂ ਹੈ ਅਤੇ ਉਹ ਆਦਮੀ। ਉਹਦੇ ਜਵਾਬ ਨਾਲ ਅਸੀਂ ਦੋਵੇਂ ਉੱਚੀ ਉੱਚੀ ਹੱਸ ਪਈਆਂ, ਪਰ ਮੈਨੂੰ ਉਹ ਦੋਵੇਂ ਮਰਦਾਂ ਵਰਗੀਆਂ ਲੱਗੀਆਂ। ਪਾਰਟੀ 'ਤੇ ਡਾਂਸ ਹੋਇਆ, ਡਾਂਸ ਫਲੋਰ 'ਤੇ ਬਾਹਾਂ ਵਿੱਚ ਬਾਹਾਂ ਪਾਈ, ਸਾਰੇ ਜੁੜੇ ਨੱਚੇ, ਸੈਂਡੀ ਵੀ ਉਹਦੀਆਂ ਬਾਹਾਂ ਵਿੱਚ। ਚੋਰ ਅੱਖਾਂ ਨਾਲ ਸਭ ਨੇ ਉਹਨਾਂ ਨੂੰ ਘੂਰਿਆ, ਪਰ ਆਜ਼ਾਦ ਦੇਸ਼ ਦੇ ਵਾਸੀਆਂ ਨੂੰ ਕਿਸੇ ਵੀ ਕੁਝ ਨਾ ਆਖਿਆ। ਕਈ ਦਿਨ ਪਾਰਟੀ ਦੀਆਂ ਗੱਲਾਂ ਚੱਲੀਆਂ, ਸੈਂਡੀ ਦਾ ਵਿਸ਼ਾ ਕਈ ਦਿਨ ਧੁਖਿਆ। ਹਾਲੇ ਮਹੀਨਾ ਵੀ ਨਹੀਂ ਸੀ ਲੰਘਿਆ, ਸੈਂਡੀ ਦੀਆਂ ਅੱਖਾਂ 'ਤੇ ਨੀਲੇ ਰੰਗ ਦੇ ਨੀਲ ਪਏ ਦੇਖ ਕੇ ਸਾਰੀ ਫੈਕਟਰੀ ਵਿੱਚ ਰੌਲਾ ਪੈ ਗਿਆ ਕਿ ਸੈਂਡੀ ਅਤੇ ਉਹਦੀ ਗਰਲਫ੍ਰੈਂਡ ਵਿੱਚ ਮੁੱਢ ਲੜਾਈ ਹੋ ਗਈ। ਕੁੱਟ ਕੁਟਾਪਾ ਕਿਸੇ ਤੀਸਰੀ ਕੁੜੀ ਲਈ ਹੋਇਆ। ਲੜਾਈ ਇੰਨੀ ਹੋਈ ਕਿ ਗੁਆਂਢੀਆਂ ਨੇ ਪੁਲਿਸ ਨੂੰ ਬੁਲਾ ਲਿਆ। ਚਾਰ ਕੁ ਦਿਨ ਸੈਂਡੀ ਵੀ ਜੇਲ੍ਹ ਰਹਿ ਕੇ ਆਈ, ਪਰ ਉਹਦੀ ਸਾਥਣ ਨੂੰ ਜ਼ਰਾ ਜ਼ਿਆਦਾ ਲੰਬੀ ਕੈਦ ਹੋਈ। ਇਸ ਵਾਰ ਮੈਂ ਉਹਨੂੰ ਮਾਫ਼ ਨਹੀਂ ਕਰਾਂਗੀ, ਸੈਂਡੀ ਆਪਣੇ ਸਾਥੀਆਂ ਨੂੰ ਦੱਸਦੀ। ਪਹਿਲਾਂ ਵੀ ਇਹ ਕਈ ਵਾਰ ਇਉਂ ਕਰ ਚੁੱਕੀ ਹੈ, ਇਹ ਵਿੱਚ ਉਸਦੇ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਕੱਲ੍ਹ ਨੂੰ ਜੇਲ੍ਹ 'ਚ ਮਿਲਣ ਜਾਏਗੀ ਉਹਨੂੰ, ਉਹਦੇ ਇੱਕ ਸਾਥੀ ਨੇ ਦੂਜੇ ਨੂੰ ਕੁਣੀ ਮਾਰ ਕੇ ਆਖਿਆ। ਇਹ ਕਿਹੋ ਜਿਹੀ ਮੁਹੱਬਤ ਹੈ, ਮੈਂ ਆਪਣੇ ਆਪ ਤੋਂ ਪੁੱਛ ਰਹੀ ਸਾਂ। ਇਹ ਸਭ ਮੈਨੂੰ ਅਜੀਬ ਲੱਗਿਆ, ਖ਼ਬਰੇ ਕਿਉਂ ਮੈਨੂੰ ਇਹ ਬਚਪਨ ਦੀਆਂ ਖੇਡਾਂ ਜਿਹੀਆਂ ਲੱਗ ਰਹੀਆਂ ਸਨ। ਕੁਝ ਦਿਨ ਹੀ ਪਏ ਸੀ, ਸੈਂਡੀ ਦੇ ਚਿਹਰੇ 'ਤੇ ਰੌਣਕ ਮੁੜ ਪਈ। ਉਹਨੂੰ ਇੱਕ ਨਵੀਂ ਕੁੜੀ ਨਾਲ ਇਸ਼ਕ ਹੋ ਗਿਆ। ਸਵੇਰੇ ਆਉਂਦਿਆਂ ਉਹ ਆਪਣੇ ਸਾਥੀਆਂ ਨੂੰ ਬੀਤੀ ਰਾਤ ਦੀਆਂ ਕਹਾਣੀਆਂ ਸਵਾਦ ਲਾ ਲਾ ਕੇ ਸੁਣਾਉਂਦੀ ਅਤੇ ਦੁਪਹਿਰ ਤੱਕ ਨੀਂਦ ਦੀ ਭੰਨੀ ਉਹ ਸੁਸਤ ਕਦਮੀ ਤੁਰੀ ਫਿਰਦੀ। ਉਹਦੇ ਦੋਸਤ ਮਿੱਤਰ ਉਹਨੂੰ ਗੰਦੇ ਮਜ਼ਾਕ ਕਰਦੇ। ਇਹ ਕਿੱਸਾ ਥੋੜ੍ਹੇ ਦਿਨ ਹੀ ਚੱਲਿਆ, ਨਵਾਂ ਰਿਸ਼ਤਾ ਉਸ ਤੋੜ ਲਿਆ ਸੀ। ਆਈ ਮਿਸ ਸਰ। ਜੇਲ੍ਹ ਗਈ ਸਹੇਲੀ ਬਾਰੇ ਗੱਲਾਂ ਕਰਦਿਆਂ ਉਹ ਉਦਾਸ ਹੋ ਜਾਂਦੀ, ਡੂੰਘੀਆਂ ਸੋਚਾਂ ਵਿੱਚ ਗੁਆਚੀ ਆਪਣਾ ਕੰਮ ਕਰਦੀ ਰਹਿੰਦੀ। ਮੈਂ ਹੈਰਾਨ ਹੁੰਦੀ ਕਿ ਇੱਕ ਦੂਜੀ ਔਰਤ ਨਾਲ ਇਉਂ ਇੰਨੀ ਮੁਹੱਬਤ। ਮਾਂ, ਭੈਣ, ਧੀ ਜਾਂ ਪੱਕੀਆਂ ਸਹੇਲੀਆਂ ਦਾ ਪਿਆਰ ਤਾਂ ਹੋਇਆ, ਪਰ ਇਹ ਕਿਹੜਾ ਰੰਗ ਸੀ ਮੁਹੱਬਤ ਦਾ ਅਤੇ ਕਿਹੜਾ ਰੂਪ? 23 ਵਰੇ ਇੱਥੇ ਰਹਿੰਦਿਆਂ ਵੀ ਇਸ ਸਮਾਜ ਦੀ ਇਹ ਗੱਲ ਮੇਰੇ ਪੱਲੇ ਨਹੀਂ ਸੀ ਪਈ। ਸੈਂਡੀ ਮੈਨੂੰ ਬੁਝਾਰਤ ਜਿਹੀ ਜਾਪਦੀ, ਸਿਰਫ ਮੈਨੂੰ ਹੀ, ਬਾਕੀਆਂ ਲਈ ਤਾਂ ਇਹ ਇੱਕ ਖੁੱਲ੍ਹੀ ਕਿਤਾਬ ਸੀ। ਉਹ ਮਿੱਤਰਾਂ ਦੀ ਢਾਣੀ ਵਿੱਚ ਬੈਠ ਕੇ ਮੁੰਡਿਆਂ ਵਾਂਗ ਗੱਲਾਂ ਕਰਦੀ ਅਤੇ ਉਹਦੇ ਮਿੱਤਰ ਦੂਜੇ ਦਿਨ ਉਹਦੀਆਂ ਗੱਲਾਂ ਬਾਕੀਆਂ ਨੂੰ ਦੱਸਦੇ। ਸੈਂਡੀ ਬਾਰੇ ਮਸ਼ਹੂਰ ਸੀ ਕਿ ਅਗਰ ਉਸਨੂੰ ਪੈਸਿਆਂ ਦੀ ਲੋੜ ਹੈ ਤਾਂ ਉਹ ਆਪ ਬੰਦਿਆਂ ਨਾਲ ਉਹਨਾਂ ਦੇ ਘਰ ਚਲੀ ਜਾਂਦੀ। ਦਸਾਂ 20 ਡਾਲਰਾਂ ਲਈ ਉਹ ਕਿਸੇ ਨਾਲ ਵੀ ਸੌਂ ਜਾਂਦੀ, ਪਰ ਅਸਲੀ ਮੁਹੱਬਤ ਉਸੇ ਕੁੜੀ ਨਾਲ ਸੀ ਜਿਸ ਨੂੰ ਉਹ ਜੇਲ੍ਹ ਭਿਜਵਾਉਣ ਤੋਂ ਬਾਅਦ ਕਈ ਵਾਰ ਉੱਥੇ ਮਿਲ ਕੇ ਵੀ ਆਈ। ਖ਼ਬਰੇ ਕਿਹੜੀ ਖਿੱਚ ਸੀ ਸੈਂਡੀ ਵਿੱਚ ਜਾਂ ਉਹਦੀ ਦੋਸਤ ਵਿੱਚ ਜੋ ਇੱਕ ਦੂਜੇ ਬਿਨਾਂ ਉਹ ਜਿਉਂਦੀਆਂ ਨਹੀਂ ਸੀ ਰਹਿ ਸਕਦੀਆਂ। ਸੈਂਡੀ ਵਿੱਚ ਮੈਨੂੰ ਕਦੀ ਕੋਈ ਖੂਬਸੂਰਤੀ ਨਹੀਂ ਦਿਸੀ। 35 ਕੁ ਵਰ੍ਹਿਆਂ ਦੀ ਮੈਕਸੀਕਨ ਔਰਤ, ਨਿੱਕੀਆਂ ਅੱਖਾਂ, ਨਿੱਕਾ ਜਿਹਾ ਚਿਹਰਾ, ਉੱਪਰ ਵਾਲੇ ਦੋਵੇਂ ਮੂਹਰਲੇ ਦੰਦ ਬਾਕੀਆਂ ਨਾਲੋਂ ਉੱਚੇ, ਜਦੋਂ ਹੱਸਦੀ ਤਾਂ ਨੱਕ ਦੇ ਦੁਆਲੇ ਝੁਰੜੀਆਂ ਜਿਹੀਆਂ ਪੈ ਜਾਂਦੀਆਂ। ਨੱਕ, ਗਲੇ ਵਿੱਚ ਜਾਂ ਬਾਹਾਂ ਵਿੱਚ ਕੋਈ ਗਹਿਣਾ ਨਹੀਂ। ਖੱਬੀ ਬਾਂਹ 'ਤੇ ਖਦਵਾਈ ਔਰਤ ਦੇ ਚਿਹਰੇ ਦੀ ਤਸਵੀਰ ਅਤੇ ਸਰਸਰੀ ਨਜ਼ਰ ਦੇਖਿਆਂ ਉਹ 25 ਕੁ ਵਰ੍ਹਿਆਂ ਦਾ ਮੁੰਡਾ ਲੱਗਦੀ। ਮੁੰਡਿਆਂ ਵਰਗੇ ਕੱਪੜੇ ਪਾਉਂਦੀ, ਕਈ ਵਾਰ ਵੱਡੇ ਗਲਮੇ ਜਾਂ ਛੋਟੀ ਬਾਂਹ ਵਾਲੀ ਕਮੀਜ਼ ਵਿੱਚੋਂ ਉਹਦੀ ਛਾਤੀ ਦਿਸਦੀ ਰਹਿੰਦੀ, ਪਰ ਸੈਂਡੀ ਨੂੰ ਕੋਈ ਪਰਵਾਹ ਨਾ ਹੁੰਦੀ। ਕਦੀ ਕਦੀ ਉਹਦੇ ਨਾਲ ਦੇ ਮੁੰਡੇ ਇਲਤਾਂ ਕਰਦੇ, ਉਸਨੂੰ ਜੱਫੀ ਵਿੱਚ ਘੁੱਟ ਲੈਂਦੇ, ਪਰ ਸੈਂਡੀ ਦੇ ਸਰੀਰ ਵਿੱਚ ਕੋਈ ਹਰਕਤ ਨਾ ਹੁੰਦੀ। ਉਹ ਬੇਜਾਨ ਜਿਹੀ ਬੈਠੀ ਰਹਿੰਦੀ। ਕਈ ਵਾਰ ਤਾਂ ਉਹਦੇ ਨੇੜ ਵਾਲੇ ਮੱਛਰੇ ਹੋਏ ਉਹਦੀ ਛਾਤੀ ਦੀ ਚੁੰਡੀ ਭਰ ਲੈਂਦੇ ਅਤੇ ਸੈਂਡੀ ਅਡੋਲ ਬੈਠੀ ਮੋਟੀ ਸਾਰੀ ਮਾਂ ਦੀ ਗਾਲ ਕੱਢਦੀ, ਪਰ ਉਹਦੀ ਦੇਹ ਉਂਝ ਹੀ ਮਿੱਟੀ ਜਿਹੀ ਹੀ ਬਣੀ ਰਹਿੰਦੀ। ਅਤੇ ਮੈਨੂੰ ਹੈਰਾਨੀ ਹੁੰਦੀ ਕਿ ਇਹ ਕਿਹੋ ਜਿਹੀ ਔਰਤ ਸੀ ਜਿਹੜੀ ਮਰਦ ਦੀ ਇਹੋ ਜਿਹੀ ਸ਼ੋਅ ਨਾਲ ਧੁਰ ਅੰਦਰੋਂ ਕੰਬ ਨਹੀਂ ਸੀ ਜਾਂਦੀ। ਉਹ ਰੱਬ ਦੀ ਕੋਈ ਖੇਡ ਜਾਂ ਮਾਨਸਿਕ ਬਿਮਾਰੀ ਦੀ ਕੋਈ ਨਿਸ਼ਾਨੀ? ਅਤੇ ਇੱਕ ਦਿਨ 2 ਡਾਲਰ ਉਧਾਰੇ ਮੰਗਣ ਆਈ ਸੈਂਡੀ ਨੂੰ ਮੈਂ ਡਰਦਿਆਂ ਝਿਜਕਦਿਆਂ ਪੁੱਛ ਲਿਆ, ਸੈਂਡੀ, ਮਰਦਾਂ ਵੱਲੋਂ ਇਉਂ ਠੰਡੇ ਹੋਣ ਦਾ ਤੇਰਾ ਕੀ ਕਾਰਨ ਹੈ? ਜ਼ਿੰਦਗੀ ਵਿੱਚ ਤੇਰਾ ਕੋਈ ਟਰਨਿੰਗ ਪੁਆਇੰਟ ਕੀ ਸੀ? ਕੋਈ ਹੋਰ ਦਿਨ ਹੁੰਦਾ ਤਾਂ ਸੈਂਡੀ ਸ਼ਾਇਦ ਮੈਨੂੰ ਪੁੱਠਾ ਸਿੱਧਾ ਬੋਲ ਜਾਂਦੀ,
पर जदों उसनू पैसे चाहिए होण तां फिर उह कदी किसे नू गुस्सा नहीं करदी। इह गल मैं पूरी तरह अजमा चुकी सां। जिथों तक मैनू चेता मैं अजिही सां। मैनू बचपन विच वी डॉल्स चंगीआं नहीं सी लगदीआं। मैं अपने भरावां दे खिडौणिआं नाल खेडदी सां। आई वॉज बॉर्न लाइक दिस। मैनू जापिआ सैंडी इह गल्लां करदिआं कोई संग शर्म नहीं सी महसूस कर रही। पहलां मैनू वी लग्गिआ करदा जिउं मैं किसे मानसिक बीमारी दी शिकार होवां। मेरे अजिहे वर्ताओ तों मेरी माँ ते मेरीआं भैणां भरावां नू शर्म आउंदी। इसे लई मैं बहुत साल झूठ विच जिउंदी रही सां। दुनिया नू खुश करन लई कई वरे आदमीआं नाल दोस्ती करदी रही। आई वॉज प्लेइंग विद देयर हार्ट्स। सिर्फ इस लई कि मेरी माँ मेरे भैण भरा खुश नहीं सन। उन्हां दी खुशी लई मैनू अपना आप बदलना पिया। बट दैट वॉज नॉट मी। आई वॉज नॉट हैप्पी। हुण मैं ओह करदी हाँ जो मेरा दिल चाहुंदा है। सैंडी मेरे नाल गल्लां करदी उठ गई ते मैं कई दिन सोचदी रही सी कि असी लोग दुनिया लई किन्ना जीउंदे हां ते अपने लई किन्ना कु। सैंडी अपने लई साह लैंदी है ते अपने लई जीउंदी है। उहदे जीउण दा ढंग दुनिया नूं पसंद नहीं ते मैनूं वी नहीं, पर घट्टो घट्ट उह अपने नाल तां वफा करदी है। सैंडी अंदरों बाहरों मैनूं इक्को जिही जापी। उस तों बाद मैं कदी वी सैंडी नाल अजिही गल ना तोरी। ਉਂਜ ਵੀ ਉਹਨਾਂ ਦਿਨਾਂ ਵਿੱਚ ਸੈਂਡੀ ਦਾ ਸੁਭਾਅ ਚਿੜਚਿੜਾ ਜਿਹਾ ਹੋ ਗਿਆ ਸੀ। ਉਹਦੇ ਹੱਥਾਂ ਵਿੱਚ ਪਾਈ ਮੰਗਣੇ ਦੀ ਮੁੰਦਰੀ ਕਦੋਂ ਦੀ ਲਾਹ ਦਿੱਤੀ ਸੀ। ਇਹਨਾਂ 2 ਕੁ ਮਹੀਨਿਆਂ ਵਿੱਚ ਉਸ 2-3 ਰਿਸ਼ਤੇ ਜੋੜੇ ਅਤੇ ਤੋੜੇ। ਉਹਦੀ ਰੂਹ ਅਤੇ ਮੇਚ ਦੀ ਤਾਂ ਸਿਰਫ ਉਹੀ ਸੀ ਜਿਹੜੀ ਜੇਲ੍ਹ ਵਿੱਚ ਬੈਠੀ ਸੀ। ਅਤੇ ਫਿਰ ਇੱਕ ਦਿਨ ਅਚਾਨਕ ਸੈਂਡੀ ਦੇ ਉੱਚੇ ਦੰਦਾਂ ਵਿੱਚੋਂ ਹਾਸਾ ਖਿਲਰਨ ਲੱਗਾ। ਉਹਦੇ ਕਦਮਾਂ ਵਿੱਚ ਮਸਤੀ ਨੱਚਣ ਲੱਗੀ। ਉਹ ਜੇਲ੍ਹੋਂ ਮੁੜ ਆਈ, ਮੈਨੂੰ ਕਿਸੇ ਨੇ ਦੱਸਿਆ। ਕਈ ਦਿਨ ਸੈਂਡੀ ਦਾ ਚਾਅ ਸਾਂਭਿਆ ਨਾ ਗਿਆ, ਪਰ ਇਹ ਸਭ ਕੁਝ ਥੋੜ੍ਹੇ ਦਿਨ ਹੀ ਚੱਲਿਆ। ਉਹਦੇ ਚਿਹਰੇ 'ਤੇ ਅਜੀਬ ਪਰੇਸ਼ਾਨੀ ਸੀ। ਕੰਮ ਤੋਂ ਥੋੜ੍ਹੀ ਜਿਹੀ ਵਿਹਲ ਮਿਲਦੀ ਉਹ ਟੈਲੀਫੋਨ ਚੁੱਕ ਲੈਂਦੀ ਅਤੇ ਤਰਖੀ ਨਾਲ ਬੋਲਦੀ, ਤੂੰ ਕਿੱਥੇ ਸੀ? ਉਹ ਕੌਣ ਸੀ? ਫੋਨ ਕਿਹਦਾ ਸੀ? ਤੂੰ ਇੰਨੀ ਲੇਟ ਕਿਉਂ ਆਈ? ਸੈਂਡੀ ਲਗਾਤਾਰ ਸਵਾਲ ਪੁੱਛਦੀ ਖਿੱਚ ਜਾਂਦੀ। ਮੈਂ ਸੁਣਦੀ ਤਾਂ ਉਹਨੂੰ ਲੱਗਦਾ ਜਿਵੇਂ ਕੋਈ ਔਰਤ ਆਪਣੇ ਪਤੀ ਨਾਲ ਲੜ ਰਹੀ ਹੋਵੇ। ਮੈਨੂੰ ਹਾਸਾ ਵੀ ਆਉਂਦਾ ਅਤੇ ਤਰਸ ਵੀ। ਕੰਪਨੀ ਵਿੱਚ ਚਰਚਾ ਛਿੜੀ। ਸੈਂਡੀ ਦਾ ਸ਼ੱਕ ਸਹੀ ਸੀ। ਉਹਦੀ ਦੋਸਤ ਨੂੰ ਜੇਲ੍ਹ ਵਿੱਚ ਕਿਸੇ ਦੂਜੀ ਕੁੜੀ ਨਾਲ ਇਸ਼ਕ ਹੋ ਗਿਆ ਸੀ। ਸੈਂਡੀ ਫਿਰ ਚੁੱਪ ਜਿਹੀ ਹੋ ਗਈ। ਥੋੜ੍ਹੇ ਦਿਨਾਂ ਵਿੱਚ ਹੀ ਉਹਦੇ ਚਿਹਰੇ 'ਤੇ ਪਲੱਤਣ ਜਿਹੀ ਛਾ ਗਈ। ਲੰਚ ਵੇਲੇ ਕੁਝ ਨਾ ਖਾਂਦੀ, ਸਿਗਰਟਾਂ ਫੂਕਦੀ, ਖਲਾਅ ਨੂੰ ਘੂਰਦੀ ਰਹਿੰਦੀ। ਉਹਦੇ ਅੰਦਰੋਂ ਬੁਝਿਆ ਜਿਹਾ ਹਫਾ ਨਿਕਲਦਾ ਜਿਹੜਾ ਨਾ ਚਾਹੁੰਦਿਆਂ ਵੀ ਮੈਨੂੰ ਸੁਣ ਜਾਂਦਾ ਅਤੇ ਮੱਲੋ ਮੱਲੀ ਮੇਰਾ ਧਿਆਨ ਉਹਦੇ ਵੱਲ ਨੂੰ ਉੱਠ ਜਾਂਦਾ। ਅਤੇ ਖਬਰੇ ਕਿਉਂ ਉਹਦੀ ਝਰੀਟੀ ਹੋਈ ਰੂਹ ਦਾ ਅਹਿਸਾਸ ਹੁੰਦਿਆਂ ਹੀ ਮੈਨੂੰ ਖਿਆਲ ਆਉਂਦਾ ਕਿ ਇਸ਼ਕ ਤਾਂ ਇਸ਼ਕ ਹੈ, ਮੋਹ ਤਾਂ ਮੋਹ ਹੈ। ਕੀ ਹੋਇਆ ਜੇ ਇਸ ਰਿਸ਼ਤੇ ਦੀ ਦੁਨੀਆਂ ਨੂੰ ਸਮਝ ਨਹੀਂ, ਪਰ ਮੁਹੱਬਤ ਤਾਂ ਮੁਹੱਬਤ ਹੀ ਹੈ, ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ, ਚਾਹੇ ਕਿਸੇ ਵੀ ਰੰਗ ਵਿੱਚ। ਧੰਨਵਾਦ।